ਨਾਟਕ ਕੀ ਬਣਾਉਣਾ ਸਾਡਾ ਟੱਬਰ ਤੇ ਹੱਸਦਾ ਬੜਾ, ਕਰਨਾ ਕੀ ਹੈ ਨਵੀਂ ਨਵੀਂ ਗੱਲ ਤੇ ਵੇਲਾ ਇਹਨਾਂ ਨੇ ਨਾਟਕ ਬਣਾਉਣੀ ਜੀ ਅੱਧੇ ਦਿਨ ਆ ਗਏ ਮੇਰੀ ਕੁੜੀ ਹੱਸਣ ਲੱਗ ਪਈ ਕਹਿੰਦੇ ਭਰਾ ਬਦਲੇ ਇਹਨੂੰ ਲੱਗੇ ਇਹਨੂੰ ਬੜੇ ਹਿਸਾਬ ਨਾਲ ਆਪ ਸਾਲ ਤੇ ਆਪਣੀ ਪਿੰਕ ਆਪਣੀ ਪਿੰਕ ਨਹੀਂ ਨਹੀਂ ਆਪਣੀ ਪਿੰਕ ਜਾਓ ਕੀ ਸਹੀ ਹੈ ਘੱਟ ਗਿਆ ਵੇਲਾ ਕੱਪੜਾ ਉਹਦੇ ਤੁਹਾਨੂੰ ਆਖਿਆ ਨਾ ਸਸਤੇ ਨਾ ਲਓ 2.5 ਮੀਟਰ ਇਹ ਕੀ ਭਾਜੀ ਕਿਰਨ ਦੀ ਦਾ ਸੂਟ ਕਿ ਤੁਹਾਡਾ ਕੁੜਤਾ ਵੀ ਸਾਨੂੰ ਹੈ ਬਸ ਸਾਂਭ ਤੇ ਪੇਟੀ ਨਹੀਂ ਪੇਟੀ 'ਚ ਰੱਖੇ ਭਾਜੀ ਅਸੀਂ ਪੌਣੇ 4-5 ਸਾਲਾਂ ਬਾਅਦ ਜਦੋਂ ਮਤਲਬ ਸਾਨੂੰ ਕਿਸੇ ਨੇ ਆਖਿਆ ਵੀ ਡਬਲ ਹੋਣਗੇ ਉਹ ਤਾਂ ਉਦੋਂ 5 ਸਾਲਾਂ ਬਾਅਦ ਖੋਲ੍ਹਿਓ ਡਬਲ ਹੋ ਜਾਣੇ ਮਾਈਕ ਤੇ ਦੋਨੋਂ ਜਿਹੜੇ ਮਾਈਕ ਆ ਇਹ ਕਰ ਲੈਂਦੇ ਰੈਡੀ ਅਤੇ ਇਹ ਆਪਣਾ ਹੈਗਾ ਹੈ ਰਿਸੀਵਰ ਇਹ ਵੀ ਹੋ ਕੇ ਰੈਡੀ ਹੁਣ ਚੱਲੇ ਹਾਂ ਮੈਂ ਅਪਲੋਡ ਕਰ ਰਿਹਾ ਫੇਸਬੁੱਕ 'ਤੇ ਵਲੋਗ ਦੇ ਦਿਓ ਟੋਪੀ ਭਰਾਵਾ ਉਹਨਾਂ ਨੇ ਆਖਣਾ ਵੀ ਇਹਦੀ ਭੈਣ ਨੇ ਗੁਲਾਬੀ ਟੋਪੀ ਲਾਈ ਨਹੀਂ ਆ ਸਿਆਪਾ ਪਾਇਆ ਮੇਰੇ ਗਲ ਠੀਕ ਹੈ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਅਤੇ ਅੱਜ ਦਾ ਨਾਟਕ ਜਿਹੜਾ ਬਹੁਤ ਬਹੁਤ ਜ਼ਿਆਦਾ ਵਧੀਆ ਹੋਣ ਵਾਲਾ ਹੈ ਹੈ ਨਾ ਅਤੇ ਇਸ ਨਾਟਕ ਦੇ ਵਿੱਚ ਸੰਦੀਪ ਬਣੂਗੀ ਕੀ ਕਹਿੰਦੇ ਮਤਰਾਈ ਧੀ ਹਾਂ ਮਤਰਾਈ ਧੀ ਅਤੇ ਹੁਣ ਇਹ ਨਾਟਕ ਬਹੁਤ ਜ਼ਿਆਦਾ ਜ਼ਬਰਦਸਤ ਹੋਣ ਵਾਲਾ ਸਾਰੇ ਜਾਣੇ ਸ਼ੇਅਰ ਜ਼ਰੂਰ ਕਰਿਓ ਇਹਨੂੰ ਠੀਕ ਹੈ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ ਅਤੇ ਇਹ ਕਿਸੇ ਦਾ ਆਪਾਂ ਕਾਪੀ ਨਹੀਂ ਕੀਤਾ ਇਹ ਕੋਲੋਂ ਨਹੀਂ ਲੱਗੇ ਬਸ ਗੰਢਾ ਧੁੱਪਾ ਜਿਹਾ ਕਰਕੇ ਜੋੜਨ ਸੋ ਸਟਾਰਟ ਕਰਦੇ ਹਾਂ ਆਪਾਂ ਹੁਣ ਅਤੇ ਰੈਡੀ ਸ਼ੈਡੀ ਹੋ ਗਏ ਭਾਜੀ ਦਾ ਵੀ ਅੱਜ ਕੋਈ ਰੋਲ ਨਹੀਂ ਹੈਗਾ ਆਪਣਾ ਵੀ ਕੋਈ ਰੋਲ ਨਹੀਂ ਹੈਗਾ ਜੇ ਹੋਊਗਾ ਤਾਂ ਮਾੜਾ ਮੋਟਾ ਦੇਖ ਲਾਂਗੇ ਕੋਈ ਸਿਸਟਮ ਜਿਹਾ ਮੈਂ ਦੇਖ ਲਾਂ ਕਰ ਲਾਂਗਾ ਸਿਸਟਮ ਕੋਈ ਸੋ ਚਲੋ ਕਰੀਏ ਸਟਾਰਟ ਚਲੋ ਜੀ ਕਿੱਦਾਂ ਕਹਿੰਦਾ ਕਹਿੰਦੀ ਪਾਪਾ ਦੇ 2 ਵਿਆਹ ਹੋਏ ਹੈਂ ਆਹ ਵੱਡੀ ਬਣਨਾ ਇਹਨੇ ਕੇ ਆ ਇਹ ਛੋਟੀ ਹਾਂ ਹਾਂ ਇੱਦਾਂ ਹੀ ਕਿ ਚਲੋ ਸੰਦੀਪ ਲਾਊਗੀ ਝਾੜੂ ਅਤੇ ਮੰਮੀ ਦੁਆਲੇ ਹੋਊਗੀ ਵੀ ਤੈਨੂੰ ਗੋਲੀ ਵੱਜੇ ਤੂੰ ਝਾੜੂ ਲਾਉਂਦੀ ਚੱਜ ਨਾਲ ਚਲੋ ਸਟਾਰਟ ਰਿੰਗ ਲਾਈਟ ਲਿਆਉਣ ਦੀ ਲੋੜ ਹੀ ਨਹੀਂ ਅਜੇ ਚਾਨਣ ਹੈ ਪੂਰਾ ਲੋੜ ਹੀ ਨਹੀਂ ਲੈ ਵੀ ਮਿੱਤਰਾ ਬ੍ਰੇਕ ਹੋ ਗਈ ਹੁਣ ਕਿਰਨ ਦੀਦੀ ਹੁਣੀ ਰੈਡੀ ਹੋ ਰਹੇ ਨੇ ਅਤੇ ਮੰਮੀ ਦਾ ਵੀ ਸ਼ਾਰਟ ਕੰਪਲੀਟ ਹੋ ਗਿਆ ਸੰਦੀਪ ਦੇ ਸ਼ਾਰਟ ਬੜੇ ਜ਼ਬਰਦਸਤ ਰਹੇ ਰੋਣ ਵਾਲਾ ਨਾਟਕ ਇਮੋਸ਼ਨਲ ਆ ਪੂਰਾ ਵੇਖ ਲਿਓ ਘੈਂਟ ਆ ਵੇਖੋ ਨਾਟਕ ਤਾਂ ਜਿਹੜਾ ਬੜਾ ਜ਼ਬਰਦਸਤ ਹੋਣ ਜਾ ਰਿਹਾ ਵਾ ਤੁਸੀਂ ਵੇਖ ਲਿਓ ਸਾਰੇ ਜਣੇ ਮਿਸ ਨਾ ਕਰਿਓ ਬਸ ਨਹੀਂ ਵੀ ਉੱਠ ਗਿਆ ਸੀ ਨਹੀਂ ਮੁੱਤ ਉੱਠ ਗਿਆ ਸੀ ਅੱਧੀ ਮੂਵੀ ਸ਼ੂਟ ਹੋ ਗਈ ਤੁਸੀਂ ਸੁੱਤੇ ਮਸ਼ਹੂਰੀ ਆਈ ਹੈ ਇਹ ਮੇਰੇ ਪੁੱਤ ਦੀ ਮਸ਼ਹੂਰੀ ਆਈ ਮਸ਼ਹੂਰੀ ਕਰ ਦੋ ਆਈ ਕੋਈ ਨੀ ਸਿਖਾਇਆ ਵੀ ਆਪਣੇ ਆਪ ਹੀ ਕਹਿਤਾ ਇਹਨੇ ਫੁੱਫੂ ਕੌਣ ਫੁੱਫੂ ਜਿੱਦਾਂ ਅੱਗੇ ਕਿਹਾ ਜਿੱਦਾਂ ਅੱਗੇ ਕਿਹਾ ਸੀ ਫੁੱਫੂ ਫੇਰ ਕਰ ਭੂਈ ਕਿੱਥੇ ਯਾਰ ਗੁਣ ਭੂਈ ਭੂਈ ਕਿੱਥੇ ਭੂਈ ਕਿੱਥੇ
ਲੈ ਕੋਟ ਪਵਾਤਾ ਵਾ ਓਦਾਂ ਦਾ ਮੈਂ ਪੈਣਾ ਨੀ। ਚਲੋ ਕਿਰਨ ਨੂੰ ਵੀ, ਕਿਰਨ ਦੀ ਰੀਝ ਪੂਰੀ ਕਰਾ ਜੇ ਕੋਟ, ਕੋਟ ਪਵਾ ਕੇ ਕਹਿੰਦੀ ਭਾਜੀ ਤੁਹਾਨੂੰ ਭਾਈ ਜੀ ਗੱਲ ਕਰੋ ਡੈਡੀ ਦਾ ਲੌਂਗ। ਬਾਹਰੋਂ ਸ਼ੂਟ ਆਪਣਾ ਹੋ ਗਿਆ ਕੰਪਲੀਟ, ਮੰਮੀ ਨੇ ਗਈ ਬਾਜ਼ਾਰ। ਹੈਂ ਕੋਈ ਗੱਲ ਨਹੀਂ, ਕੋਈ ਨਹੀਂ ਮਹਾਰਾਜ, ਹੁਣ ਚੱਲੇ ਹਾਂ ਆਪਾਂ ਕੁਲਚੇ ਲੈਣ ਵਾਸਤੇ, ਚੱਲੇ ਹਾਂ, ਥੱਕ ਗਏ ਹਾਂ। ਬਲੈਰੋ ਚੱਲੀਏ? ਬਲੈਰੋ ਦੇਖੋ ਕਿ ਜੀ ਵੇਖੋ ਚ ਲੱਗਦੀ ਚਾਬੀ ਕਿਸੇ ਦੀ ਬਲੈਰੋ, ਉਹਨੂੰ ਸੈਂਟਰ ਲੋਕਿੰਗ ਲੱਗਦਾ। ਨਹੀਂ 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 ਇੱਦਾਂ ਹੀ ਸੈਂਟਰ ਲੋਕਿੰਗ ਨਹੀਂ, ਦੂਜਾ ਹੀ ਕੰਮ ਦਿੱਤੀ ਜੀ। ਆ ਜਾਓ ਇੱਥੋਂ ਘੁੰਮ ਜਾਣੀ ਜੀ, ਅੱਗੋਂ ਘੁੰਮਾ ਲਈ ਗੱਲ ਕਰੋ ਜਿੱਦਾਂ ਤੁਸੀਂ ਆਖੋਗੇ ਭਾਜੀ। ਲੈ ਵੀ ਮੈਂ ਇੱਥੋਂ ਕੁਲਚੇ ਕਰਾ ਲਈਏ, ਸੱਤ ਕੁਲਚੇ ਕਲਚੇ ਆਪਾਂ ਲੈ ਆਏ ਹਾਂ, ਅਤੇ ਡੈਡੀ ਹੁਣੀ ਪਲਾਟ ਦੇ ਵਿੱਚ ਗੰਢੇ ਗੁੰਢੇ ਡੇ ਬੀਜਣ। ਓਏ ਨਾ ਪੁੱਤ, ਸ਼ਤਾਨੀ ਨਾ ਕਰਿਆ ਕਰੋ ਪੁੱਤ, ਦੇ ਦੇ ਮਾੜੇ ਦੇ ਦੇ। ਲੈ ਵੀ ਕੁਲਚੇ ਚੱਲ ਰਹੇ ਆ, ਡੈਡੀ ਨੂੰ ਫੋਨ ਲਿਆ, ਡੈਡੀ ਅਜੇ ਆਏ ਨਹੀਂ ਹੈ, ਕਹਿੰਦੇ ਹਮਨੇ ਠਹਿਰ ਕੇ। ਆਪਣੇ ਕੋਲ ਇੱਦਾਂ ਹੈ ਵੀ ਇੱਦਾਂ ਦੀ ਗੱਲ ਨਹੀਂ ਬਣਦੀ ਜਿੱਦਾਂ ਦੇ ਲੋਕਾਂ ਬਣਾਏ ਹੁੰਦੇ ਨਾ, ਬੜੇ ਬੜੇ ਸ਼ਾਨਦਾਰ। ਕਹਿੰਦੀ ਭਾਜੀ ਇਹ ਬੜੇ ਬੜੇ ਸ਼ਾਨਦਾਰ ਹੈ। ਲੈ ਵੀ ਇਹ ਮੈਨੂੰ ਲੱਗਦਾ ਵੱਡੇ ਵੱਡੇ ਵਾਹਵਾ ਰਲੇ ਸਾਰੇ ਨਾਲ, ਸਾਡੇ ਨਾਲ ਰਲਣਾ ਵੇ ਸਹੀ। ਉਹ ਇੱਕ ਤਮਾਕੂ ਮਲ ਡਿਆ ਵੇ, ਉਹ ਮੰਜੇ ਦੁੱਧ ਮਲ ਡੀ ਯਾਰ, ਉਹ ਬੋਤਲ ਫਣੀ ਕਰਨੇ ਇਹਦੇ ਕੋਲ। ਹਰਗੁਣ ਹੈ ਬੱਚੇ, ਇਹ ਮੇਰਾ ਬੱਚਾ ਕੀ ਕਰਦਾ? ਲੈ ਉਹ ਲੌਂਗ ਕੋਟ ਪਾ ਕੇ ਤਾਂ ਸੁੱਤੀ ਆ, ਲੂਈ ਆ ਜਾਣੀ। ਚਲੋ ਚਲੀਏ ਡੈਡੀ ਕੋਲ, ਉੱਧਰੋਂ ਭਾਜੀ ਹੁਣ ਸ਼ੋਟ ਇੱਕ ਦੋ ਲੈ ਗਈ ਬਸ। ਹਾਂਜੀ ਬਸ ਸਿੱਧੀ ਸਲੈਬ ਲੈਂਟਰ ਦੇ ਉੱਤੇ ਵੇ, ਕੋਈ ਡਾਊਨ ਸੀਲਿੰਗ ਕੋਈ ਕੁਛ ਨਹੀਂ। ਇਹ ਲੈਂਟਰ ਵੱਢਣ ਡੇ? ਲੈਂਟਰ ਝੜੀਆਂ ਮਾਰ ਕੇ ਹਾਂ, ਅਤੇ ਉਹ ਲਾ ਦੇਣੀ ਵਿੱਚ, ਪ੍ਰੋਫਾਈਲ ਲਾਈ ਬੜੀ ਘੈਂਟ। ਅੱਛਾ ਡੈਡੀ ਜੀ ਨੂੰ ਦੇ ਹੈਗੀ ਵੀ ਰੋਟੀ ਉੱਥੇ ਪਲਾਟ ਦੇ ਵਿੱਚ, ਅਤੇ ਉੱਥੇ ਇੱਕ ਦੋ ਸ਼ੋਟ ਲੈਣੇ ਡੈਡੀ ਹੁਣਾਂ ਦੇ, ਉਹ ਵੀ ਉੱਥੇ ਹੀ ਕਰਾਵਾਂਗੇ ਹਿਸਾਬ ਕਿਤਾਬ ਕੰਪਲੀਟ। ਅਤੇ ਇੱਦਾਂ ਇਕੱਠਾ ਮੁੱਠਾ ਕਰਕੇ ਬਸ ਆਪਾਂ ਨਾਟਕ ਬਣਾ ਦੇਣਾ, ਦੱਸਿਓ ਸਾਰੇ ਜਣੇ ਚੰਗਾ ਬਣਿਆ ਕਿ ਨਹੀਂ ਭਾਜੀ। ਸਾਨੂੰ ਬੜੇ ਜਣੇ ਕਹਿੰਦੇ ਲੰਮਾ ਬਣਾਓ, ਸਾਨੂੰ ਕੋਈ ਗੱਲ ਹੀ ਨਹੀਂ ਆਉਂਦੀ, ਅਤੇ ਜਾਂ ਸਟੋਰੀ ਯਾਰ ਕਿਹੋ ਲਿਖਾਇਆ ਕਰੀਏ, ਇੱਦਾਂ ਨਹੀਂ ਗੱਲ ਬਣਦੀ। ਜੇ ਕੋਈ ਸਟੋਰੀ ਲਿਖਦਾ ਵਾ ਤਾਂ ਕਮੈਂਟ ਕਰਿਓ, ਕਮੈਂਟ ਕਰਿਓ। ਜੇ ਕੋਈ ਸਟੋਰੀ ਕੋਈ ਲਿਖਦਾ ਵਾ ਤਾਂ ਇੰਸਟਾਗ੍ਰਾਮ 'ਤੇ ਜ਼ਰੂਰ ਕਮੈਂਟ ਕਰਿਓ, ਮੇਰੀ ਇੰਸਟਾਗ੍ਰਾਮ ਆਈ ਡੀ ਹੈਗੀ ਦੀ ਮਠਾਰੂ, ਅਤੇ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਜੀ, ਜਾਂ ਕਮੈਂਟ ਕਰ ਦਿਓ ਜਾਂ ਫਿਰ ਮੈਸੇਜ ਕਰ ਦਿਓ, ਮੈਂ ਅਸੀਂ ਵੀ ਸੀਨ ਕਰ ਲਾਂਗੇ। ਨਾ ਹੋਊਗਾ ਤਾਂ ਫਿਰ ਇੱਕ ਦੀ ਵੀਡੀਓ ਕਮੈਂਟ ਕਰ ਦਿਓ, ਮੈਂ ਉੱਥੋਂ ਤੁਹਾਨੂੰ ਮੈਸੇਜ ਜਿਹੜਾ ਨਹੀਂ ਕਰ ਦੇਵਾਂਗਾ। ਲੈ ਵੀ ਡੈਡੀ ਨੇ ਬੀਜ 'ਤੇ ਗੰਢੇ, ਕਿੱਧਰ ਹਲਦੀ ਕਿੱਧਰ ਲਾਈ? ਅੱਛਾ ਉਹ ਪਰਲੇ ਬੰਨੇ ਵੱਟਾਂ 'ਤੇ ਹਲਦੀ, ਇੱਧਰ ਆ ਪਿਆਜ਼ ਲਾਏ ਨੇ, ਖਾਦ ਹੀ ਪਾਤੀ ਨਾਲ ਹੀ ਹੈ ਨਾ, ਖਾਦ ਹੀ ਪਾਤੀ ਆ ਨਾਲ ਹੀ। ਇੱਧਰ ਅਗਲੀ ਕਿਆਰੀ 'ਚ ਵੀ ਪਿਆਜ਼ ਲਾਏ ਨੇ। ਲੈ ਵੀ ਡੈਡੀ ਹੋਣੀ ਉਹ ਅੰਕਲ ਜੀ ਹੋਣਾਂ ਛੱਡ ਆਉਣਗੇ, ਉਹਨਾਂ ਨੇ ਪਿਆਜ਼ ਲਵਾਏ ਸੀ, ਲਾ ਤੇ ਹੁਣ। ਲੈ ਵੀ ਸ਼ੋਟ ਹੋਣੇ ਇੱਕ ਦੋ ਲੈਗ ਫਿਰ ਫ੍ਰੀ ਹੋਏ ਹਾਂ, ਅਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਮੰਮੀ ਹੋਣਾਂ ਦਾ, ਜੇ ਵੀ ਥੋੜ੍ਹਾ ਜਿਹਾ ਰੀਟੇਕ ਜ਼ਿਆਦਾ ਲੈਣੇ ਪੈਂਦੇ, ਘੜੀ ਮੁੜੀ ਬੜੀ ਵਾਰੀ ਵੀਡੀਓ ਜਿਹੜੀ ਸ਼ੂਟ ਕਰਨੀ ਪੈਂਦੀ ਮੰਮੀ ਦੀ, ਮੰਮੀ ਤੋਂ ਬੋਲਿਆ ਨਹੀਂ ਜਾਂਦਾ ਡਾਇਲੋਗ, ਯਾਦ ਭੁੱਲ ਜਾਂਦਾ ਆ ਹੌਲੀ ਹੌਲੀ ਕਰਕੇ, ਮੰਮੀ ਨੂੰ ਜਾ ਚਾਹੂਗੀ ਜੇ ਵੀ ਪਹਿਲਾਂ ਨਾਲੋਂ ਬੜਾ ਫਰਕ ਪਿਆ, ਪਹਿਲਾਂ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ, ਹੁਣ ਥੋੜ੍ਹਾ ਘੱਟ ਗਿਆ ਅੱਗੇ ਨਾਲੋਂ, ਇਸ ਕਰਕੇ ਥੋੜ੍ਹੀ ਛੋਟੀ ਬਣਾਈ ਦੀ ਸ਼ੋਰਟ ਮੂਵੀ, ਫਿਰ ਟਾਈਮ ਜ਼ਿਆਦਾ ਲੱਗ ਜਾਂਦਾ, ਸਿਰ ਸੱਤ ਵੱਜ ਜਾਂਦੇ ਨੇ। ਉੱਧਰ ਚਿੜੀਆ ਰਾਣੀ ਚੱਲੀ ਜਾਂਦਾ ਵਾ ਵੀ, ਵੀਰ ਕਹਿੰਦਾ ਸਾਡੀ ਵੀਡੀਓ ਵਿੱਚ ਆਉਣੀ ਚਾਹੀਦੀ। ਲੈ ਵੀ ਬਣ ਗਈ ਗੱਲ ਤਾਰਿਆ,
ਲੈ ਖੁਸ਼ ਹੋ ਗਿਆ ਇੰਨੇ ਚ ਭਾਅ ਵੇਲਾ ਕਿ ਨਹੀਂ ਕੰਮ ਚੱਲਣ ਲਿਆ ਦੋ ਦੋ ਰਿੰਗ ਲਾਈਟ ਭਾਅ ਜੀ ਨੇ ਫੜੀ ਆ ਤੋੜ ਜੂ ਦਿੱਤੀ ਆ ਡੁੰਟਲੀ ਜੀ ਬਸ ਹੇਠਾਂ ਰਹਿ ਗਈ ਡੈਡੀ ਚ ਵੀ ਆ ਗਏ ਲੈ ਓ ਲੈ 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 ਹਾਂ ਰੋਹੀ ਕਿਦਾਂ ਮੈਨੂੰ ਚੁੱਕਿਆ ਨੀ ਆ ਦੱਸ ਮੈਂ ਕਿ ਵੇਖਣ ਡੀ ਡੈਡੀ ਲੱਗੇ ਖਾਣ ਕੁਲਚਾ ਹੁਣ ਵੈ ਠੰਡਾ ਹੋ ਗਿਆ ਉਹ ਲੈ ਵੀ ਸਾਡੀ ਹਰਕ ਨੂੰ ਝੂਟਾ ਲੈ ਆਈ ਲੈ ਖੁਸ਼ ਵੇ ਕਿੰਨੀ ਹੁੰਦੀ ਹੈ ਕਿਆ ਆਜਾ 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 ਕਹਿੰਦੀ ਮੈਨੂੰ ਤਾਰੋ ਹੇਠਾਂ ਬਸ ਇਹ ਬਹੁਤ ਕੁੜੀ ਜਿੱਦ ਕਰਦੀ ਰਿੰਗ ਲਾਈਟ ਦਾ ਪ੍ਰਬੰਧ ਹੋ ਰਿਹਾ ਹੈ ਲੈ ਰਿੰਗ ਲਾਈਟ ਬੰਦ ਹੋ ਗਈ ਫਿਰ ਚੱਲ ਗਈ ਚੱਲ ਗਈ ਚੱਲ ਗਈ ਮੰਮੀ ਕਹਿੰਦੀ ਸਾਡੇ ਖਿਲਾਫ਼ ਭਰਤੇ ਹੋਣੇ ਖਿਲਾਫ਼ ਨਹੀਂ ਜਾਣ ਡਿਆ ਯਾਰ ਵਿੱਚੋਂ ਹੈਂ ਆਨੀ ਨਾ ਕਹਿੰਦੀ ਕਿਤੇ ਚਲੋ ਯਾਰ ਚਲੋ ਇੱਕ ਮਿੰਟ ਰੁਕੋ ਚਲੋ ਚਲੋ ਸਟਾਰਟ ਕਰਨ ਲੱਗਾ ਹੁਣ ਨਾਟਕ ਕੀ ਬਣਾਉਣਾ ਅੱਡਾ ਟੱਬਰ 'ਤੇ ਹੱਸ ਗਿਆ ਬੜਾ ਕਰਨਾ ਕੀ ਹੈ ਨਹੀਂ ਨਹੀਂ ਗੱਲ ਤੇ ਇੱਧਰ ਬੰਦੇ ਵੀ ਫਾਹੇ ਲੱਗੇ ਆ ਇੱਧਰ ਇੱਕ ਰਿੰਗ ਲਾਈਟ ਵਾ ਇੱਕ ਲਾ ਕੇ ਵੇਖਣ ਡਿਆ ਵਿਚਾਰਾ ਵੀ ਅਗਲਾ ਸੀਨ ਕਦੋਂ ਮੇਰਾ ਆਵੇ ਚਲੋ ਇਹ ਫਿਰ ਮੰਮੀ ਹੱਸੀ ਜਾਣ ਡੀ ਮਿੱਠਾ ਮਿੱਠਾ ਲੈ ਪਤਾ ਲੱਗਣ ਡਿਆ ਲੈ ਵੀ ਨਾਟਕ ਤਾਂ ਹੋ ਗਿਆ ਕੰਪਲੀਟ ਧੰਨਵਾਦ ਭਾਈ ਸਾਰੀ ਟੀਮ ਦਾ ਅੱਜ ਮੇਰਾ ਤੇ ਭਾਅ ਜੀ ਦਾ ਕੋਈ ਰੋਲ ਨਹੀਂ ਹੈ ਬਸ ਅਸੀਂ ਬਚੇ ਰਹੇ ਸਹੀ ਗੱਲ ਹੈ ਤੋਤਲਾ ਜੀਜਾ ਪਾਰਟ 2 ਆਊਗਾ ਤੋਤਲੇ ਜੀਜੇ ਯਾਰ ਤੋਤਲੇ ਜੀਜੇ ਜੇ ਤੁਸੀਂ ਕਹਿੰਦੇ ਨਾ ਪਾਰਟ 2 ਆਵੇ ਥੋੜ੍ਹੀ ਜਿਹੀ ਸਾਨੂੰ ਯਾਰ ਇੰਸਟਾਗ੍ਰਾਮ 'ਤੇ ਜ਼ਰੂਰ ਉਹਦੀ ਵੀ ਸਟੋਰੀ ਸ਼ੇਅਰ ਕਰਿਓ ਥੋੜ੍ਹੀ ਬਹੁਤੀ ਆਪਣੇ ਕੋਲ ਆ ਗਈ ਥੋੜ੍ਹੀ ਤੁਸੀਂ ਸ਼ੇਅਰ ਕਰ ਦਿਓ ਅਤੇ ਉਹਦੇ ਵਿੱਚ ਐਰਕਾ ਚਾਦਰਾਂ ਨੇ ਬੰਨਣਾ ਇਹ ਸੋਚਿਆ ਵੀ ਥੋੜ੍ਹਾ ਜਿਹਾ ਕੁੜਤਾ ਪਜਾਮਾ ਪਾ ਲੈਣਗੇ ਪੱਗ ਚਲੋ ਜਿੱਦਾਂ ਦੀ ਪਹਿਲਾਂ ਸੀਗੀ ਉਵੇਂ ਦੀ ਭਾਅ ਜੀ ਹੁਣੀ ਬੰਨ ਲੈਣਗੇ ਅਤੇ ਕੁਝ ਥੋੜ੍ਹਾ ਬਹੁਤ ਅਲੱਗ ਕਰ ਲਾਂਗੇ ਥੋੜ੍ਹਾ ਚੇਂਜ ਕਰ ਦਾਂਗੇ ਠੀਕ ਆ ਦੱਸਿਓ ਸਾਨੂੰ ਉਹਦੀ ਵੀ ਸਟੋਰੀ ਥੋੜ੍ਹੀ ਦਿਓ ਅਤੇ ਕੁਝ ਨਵੀਂ ਸਟੋਰੀ ਵੀ ਦਿਓ ਉਹ ਵੀ ਆਪਾਂ ਹੋਰ ਨਾਟਕ ਬਣਾਵਾਂਗੇ ਇਵੇਂ ਦਾ ਕੁਝ ਨਹੀਂ ਉਹ ਤੇ ਦਿਖਣ ਨਹੀਂ ਡਿਆ ਉਹ ਤੇ ਸਾਰਿਆਂ ਨੂੰ ਪਤਾ ਯਾਰ ਸ਼ਾਰਟ ਮੂਵੀ ਡੇ ਕਰਨ ਕਿ ਨਹੀਂ ਉਹ ਤੇ ਕਹਿਣ ਦੀ ਲੋੜ ਨਹੀਂ ਲੋਕੀ ਵਲੌਗ ਵੇਖਦੇ ਹੀ ਆ ਕਿ ਨਹੀਂ ਚਲੋ ਏਦਾਂ ਹੀ ਆ ਵੀ ਹੱਸ ਦੰਦਾਂ ਦੀ ਪ੍ਰੀਤ ਹੁੰਦੀ ਆ ਤੇ ਹੱਸਣਾ ਖੇਡਣਾ ਬਣਿਆ ਮਹਾਰਾਜ ਏਦਾਂ ਹਰ ਘਰ ਖੁਸ਼ੀਆਂ ਖੇਡੇ ਨਾ ਕੁਛ ਨਾ ਕੁਛ ਵੀ ਜਦੋਂ ਮੂਵੀ ਬਣਾਉਣੀ ਆ ਸਟੋਰੀ ਬਣਾਉਣੀ ਆ ਇਹ ਕਾਰਨਾਮੇ ਕਰਕੇ ਦਿਖਾਉਣੇ ਪੈਣੇ ਆ ਇਹ ਤਾਂ ਗੱਲ ਹੈਗੀ ਹੁਣ ਕਿਰਨ ਦੀਦੀ ਹੁਣ ਚੱਲੇ ਨੇ ਆਏ ਕਿ ਮੋਰਨਿੰਗ ਦੇ ਅਸਲ 'ਚ ਲੇਟ ਬੜੀ ਆਉਂਦੇ ਜੇਕਰ ਤੁਸੀਂ ਟਾਈਮ ਨਾਲ ਆਓ ਨਾ ਤੇ ਫਿਰ ਥੋੜ੍ਹੀ ਜਿਹੀ ਇਹ ਵੀ ਸ਼ਾਰਟ ਮੂਵੀ ਵੱਧ ਬਣ ਜਾਂਦੀ ਹੈ ਮੈਂ ਉੱਠਦਾ ਵਾਂ ਮੈਂ ਤੜਕੇ 10 ਵਜੇ ਉੱਠ ਜਾਂਦਾ ਸਹੀ ਗੱਲ ਡੈਡੀ ਦੇ ਵਿੱਚੋਂ ਚੱਲ ਜਾਂਦਾ ਅਦੇ ਹਾਂ ਪਰ ਮੰਮੀ ਬੜਾ ਡਾਇਲੋਗ ਖਿਲਾਫ਼ ਸੋਨੂੰ ਸੀਤੋ ਵਾਲੇ ਨੂੰ ਨੀ ਜਾਣਦੀ ਜਿਹੜਾ ਕਹਿੰਦਾ ਤੁਹਾਡੀ ਖੁਸ਼ੀ ਚਾਹੀਦੀ ਹੈ ਓਕੇ ਫੋਨ ਕਰ ਦਿਓ ਜਾ ਕੇ ਓਕੇ ਤੁਹਾਡੀ ਖੁਸ਼ੀ ਚਾਹੀਦੀ ਹੈ ਚਲੋ ਠੀਕ ਓਕੇ ਬਾਏ ਬਾਏ ਨੇੜੇ ਦੀ ਬਾਂਹ ਬੜੀ ਦਰਦ ਕਰਦੀ ਹੈ ਬਾਂਹ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਹੈ ਵੀ ਦਰਦ ਬਹੁਤ ਕਰਦੀ ਮੈਂ
ਪਹਿਲਾ ਮਤਲਬ ਮੈਂ ਇਤਰੇ ਬੋਲੇ ਮੇਰੇ ਡੈਡੀ ਆਏ ਮੇਰੇ ਕਹਿ ਨਾ ਉਹ ਕੱਟ ਦੇਣਾ ਸੀਨ ਨਵਾਂ ਫਰੈਸ਼ ਬੋਲ ਕੋਈ ਗੱਲ ਇੱਕ ਮਿੰਟ ਸਟਾਰਟ ਕੀ ਸੰਦੇਸ਼ ਦੇ ਬੁਲਾਈ ਸਟਾਰਟ ਮੈਂ ਕੀ ਸੰਦੇਸ਼ ਦੀ ਬੁਲਾਈ ਵੇਰ ਦੇ ਵੇਖਣ ਡਿਆ ਵੀ ਮੈਂ ਹੁਣ ਦਿਲ ਬੰਦ ਕਰ ਲਿਆ ਅੱਗੇ ਮੇਰਾ ਸੰਦੀਪ ਦਾ ਵੀ ਤਾਂ ਹਾਸਾ ਨਿਕਲਦਾ ਹੀ ਮੈਂ ਵੀ ਤੇ ਮੇਰੀ ਧੋਣੇ ਆਕੜ ਜੇ ਅੱਗੇ ਪਛਨ ਦਾ ਜਾਂ ਅੱਖਾਂ ਮੀਟ ਲੋ ਤੇ ਕੀ ਪਤਾ ਲੱਗਣਾ ਲੈ ਵੀ ਮੈਂ ਤੇ ਡੈਡੀ ਚੱਲੇ ਹਾਂ ਧਾਰੀਵਾਲ ਥੋੜ੍ਹਾ ਜਿਹਾ ਕੰਮ ਪੈ ਗਿਆ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਕਿ ਭਰਾ ਨੂੰ ਮਿਲਣਾ ਆ ਅਤੇ ਉਹ ਵੀ ਬੜਾ ਸਾਡਾ ਖਾਸ ਹੀ ਆ ਵੀ ਹੁਣ ਆਪਾਂ ਉਹਨੂੰ ਮਿਲ ਆਈਏ ਪਹਿਲਾਂ ਆਖੋ ਲੜੀਆਂ ਲਾ ਆਖੋ ਗੁਰਦੁਆਰਾ ਸਾਹਿਬ ਸਜਾਇਆ ਕੱਲ੍ਹ ਨਗਰ ਕੀਰਤਨ ਆਉਣਾ ਆ ਗੇਟ ਵੀ ਲੜ ਜੀ ਇੱਧਰ ਬਣਿਆ ਜਾ ਇੱਧਰ ਗੇਟ ਬਣਿਆ ਵੇਖੋ ਕਿੱਡਾ ਜ਼ਬਰਦਸਤ ਕੱਲ੍ਹ ਨਿਕਲਣਾ ਨਗਰ ਕੀਰਤਨ ਗੁਰੂ ਮਹਾਰਾਜ ਜੀ ਦਾ ਆ ਫਿਰ ਅੱਛਾ ਬਾਬਾ ਦੀਪ ਸਿੰਘ ਜੀ ਦਾ ਹਾਂਜੀ ਬਾਬੇ ਦੀਪ ਸਿੰਘ ਆਹ ਇੱਕ ਬੋਰਡ ਲੱਗਾ ਨਾ ਆਖੋ ਨਾ ਜੋ ਨਾ ਜੋ ਬਾਏ 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 ਕਿੱਦਾਂ ਪਾ ਦੋ ਕਿੱਦਾਂ ਪਾ ਦੋ ਚਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਦਾਦਾ ਆ ਗਿਆ ਤੂੰ ਨਾ ਦਾਦਾ ਖੜਾ ਬੜਾ ਠੜਿਆ ਠੰਡ ਆ ਬਾਏ ਕਰ ਦੋ ਮਨ ਅੰਮਾ ਚਲ ਕੇ ਬਾਏ ਕਰ ਦੋ ਮੰਮੀ ਤੇਰੀ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ ਕਰ ਦੇ ਹਏ ਬਾਏ ਵੀ ਬਾਏ ਚੱਲ ਜਾਣ ਦੇ ਚਲੀ ਹਾਂਜੀ ਭਰਾ ਨੇ ਸਪੈਸ਼ਲ ਚੀਜ਼ ਦਿੱਤੀ ਆ ਇਹ ਗੱਡੀ ਚ ਰਹਿ ਚੱਲੀ ਲੈ ਵੀ ਦੇਖਦੇ ਕਹਿੰਦੇ ਟੇਸਟ ਕਰਕੇ ਦੱਸੀ ਗੱਡੀ ਚ ਹਾਜਮਲਾ ਪਿਆ ਉਹ ਖਾਣ ਦੇ ਤਾਂ ਰੱਖਿਆ ਹਾਜਮਲੇ ਲੌਂਗ ਰੂਟ ਤੇ ਜਾਈਏ ਫਿਰ ਘਬਰਾਹਟ ਨਹੀਂ ਹੁੰਦੀ ਮਨ ਨਹੀਂ ਖਰਾਬ ਹੁੰਦਾ ਤੇ ਆਹ ਆਪਾਂ ਨੂੰ ਸਪੈਸ਼ਲ ਚੀਜ਼ ਮਿਲੀ ਆ ਟੇਸਟ ਕਰਕੇ ਦੇਣੇ ਆ ਉਹਨਾਂ ਨੇ ਸੰਦੀਪ ਉਹਨਾਂ ਨੇ ਦੀਪੂ ਭਾਜੀ ਹੋਣਾ ਨੇ ਸਪੈਸ਼ਲ ਦਿੱਤੀ ਉਹਨਾਂ ਮੰਮੀ ਹੋਣਾ ਨੇ ਮੈਂ ਨਾ ਮੇਰੇ ਮਨ ਚ ਆਈ ਡੱਬਾ ਜਿਹਾ ਫੜਾਉਣ ਤੇ ਰਹਿਣਾ ਪਹਿਲਾਂ ਮੈਂ ਦੀਪੂ ਭਾ ਨੇ ਮੈਂ ਕਹਿਣਾ ਮੈਂ ਦੀਪੂ ਭਾ ਨੇ ਵਲੌਗ ਤੇ ਵੇਖਣਾ ਹੀ ਤੇ ਮੰਨ ਲਾ ਜੇ ਮੈਂ ਕਹਿਣ ਲੱਗਾ ਜੇ ਨਾ ਚੰਗੀ ਲੱਗੀ ਮੈਨੂੰ ਤਾਂ ਵੀ ਕਹਿਣਾ ਹੈ ਵੀ ਬਹੁਤ ਵਧੀਆ ਬਹੁਤ ਵਧੀਆ ਸੰਡਿਆ ਸੰਡਿਆ ਭਰਾਵਾ ਭਾਜੀ ਕੁਕਿੰਗ ਬੜੀ ਸ਼ਾਨਦਾਰ ਕਰਦੇ ਆ ਇਹ ਚੀਜ਼ ਕੀ ਹੈ ਅਚਾਰ ਹੈ ਅਚਾਰ ਜੋ ਅੱਛਾ ਲੈ ਵੀ ਖਾ ਕੇ ਦੇਖੀਏ ਫਿਰ ਟੇਸਟ ਕਰੋ ਰੋਟੀ ਨਾ ਖਾਣੇ ਮਿਕਸ ਅਚਾਰ ਹੈ ਨਾ ਮਿਕਸ ਅਚਾਰ ਹੀ ਗੋਭੀ ਗਰਦਾਂ ਨੂੰ ਕੀ ਕਹਿੰਦੇ ਆ ਹਾਂ ਅਚਾਰ ਹੈਗੇ ਸ਼ਲਗਮ ਗੋਭੀ ਅਚਾਰ ਸ਼ਲਗਮ ਦਾ ਪਹਿਲੀ ਵਾਰੀ ਖਾਣਾ ਜੀ ਸ਼ਲਗਮ ਦਾ ਅਚਾਰ ਤਾਂ ਵੈਸੇ ਸੱਚੀ ਆ ਮੈਂ ਵਧੀਆ ਹੁੰਦਾ ਵਧੀਆ ਹੁੰਦਾ ਆਪਾਂ ਪਾਉਂਦੇ ਨਹੀਂ ਪਹਿਲੇ ਅੱਛਾ ਅੱਛਾ ਠੀਕ ਹੈ
ਲੈ ਵੀ ਦੀਪੂ ਭਾਅ ਜੀ ਫੈਮਿਲੀ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਯਾਰ, ਬਹੁਤ ਵਧੀਆ ਸੁਭਾਅ ਹੈਗਾ ਤੁਹਾਡੀ ਸਾਰੀ ਫੈਮਿਲੀ ਦਾ। ਸੋ ਜੀ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਾਣੀ ਕਰਦੇ ਸਬਸਕ੍ਰਾਈਬ ਅਤੇ ਸਟੋਰੀ ਕੋਈ ਨਾ ਕੋਈ ਜ਼ਰੂਰ ਕੋਈ ਦੱਸਿਓ ਇੰਸਟਾਗ੍ਰਾਮ 'ਤੇ ਸਰ, ਮੇਰੀ ਦੀਪ ਮਠਾਰੂ ਆਈ ਡੀ ਇੰਸਟਾਗ੍ਰਾਮ ਦੀ। ਸੋ ਸਤਿ ਸ਼੍ਰੀ ਅਕਾਲ।